ਇਹ ਬੜੇ ਸੁਰ ਤੋਂ ਫੀਮੇਲ ਸਕੇਲ ਤੋਂ ਆਪਾਂ ਇਹ ਸ਼ਬਦ ਦੀਆਂ ਸੁਰਾਂ ਦੇਖਾਂਗੇ ਕਿ ਕਿਸ ਤਰ੍ਹਾਂ ਗਾਉਣਾ ਸ਼ਬਦ ਨੂੰ। ਕੈਰਵਾ ਤਾਲ ਦੇ ਵਿੱਚ ਸ਼ਬਦ ਦੀ ਰੀਤ ਹੈ। ਬੇਨਤੀ ਹੈ ਕਿ ਵੀਡੀਓ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਬੱਚੇ ਵੀ ਇਸੇ ਸੁਰ ਤੋਂ ਗਾ ਸਕਦੇ ਨੇ। ਹੁਣ ਆਪਾਂ ਪਹਿਲਾਂ ਸਥਾਈ ਦੇਖਦੇ ਹਾਂ, ਫਿਰ ਅੰਤਰਾ ਦੇਖਾਂਗੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਫਿਰ ਇੱਕ ਵਾਰੀ ਦੇਖੋ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ। ਫਿਰ ਇੱਕ ਵਾਰੀ ਦੇਖੋ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ, ਕੋਈ ਨਾ ਸੁਣੈ ਪੁਕਾਰਾ, ਕੋਈ ਨਾ ਸੁਣੈ ਪੁਕਾਰਾ, ਸੁਣੈ ਪੁਕਾਰਾ। ਇੱਕ ਵਾਰੀ ਫਿਰ ਦੇਖੋ, ਕੋਈ ਨਾ ਸੁਣੈ ਪੁਕਾਰਾ, ਕੋਈ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ। ਥੋੜਾ ਸਲੋ ਕਰਕੇ ਦੇਖਦੇ ਹਾਂ, ਅੰਧਾ ਜਗਤ ਜਗਤ ਅੰਧ ਵਰਤਾਰਾ, ਬਾਜ ਗੁਬਾਰਾ। ਇੱਕ ਵਾਰੀ ਫਿਰ ਦੇਖੋ, ਬਾਜ ਗੁਰੂ ਗੁਬਾਰਾ, ਬਾਜ ਗੁਰੂ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹੁਣ ਅੰਤਰਾ ਦੇਖਦੇ ਕਿ ਕਿਸ ਤਰ੍ਹਾਂ ਗਾਉਣਾ ਹੈ। ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸਚ ਸੋਵੇ, ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸਚ ਸੋਵੇ, ਅਖੁੱਟ ਨਾਮ ਤਨ ਕਦੇ ਨ ਖੁੱਟੈ ਨਾਹੀ, ਕਿਨੈ ਨ ਕੀਮਤ ਹੋਵੇ, ਅਖੁੱਟ ਨਾਮ ਤਨ ਕਦੇ ਨ ਖੁੱਟੈ ਨਾਹੀ, ਕਦੇ ਨ ਖੁੱਟੈ ਨਾਹੀ। ਇਹ ਆਪਾਂ ਦੁਬਾਰਾ ਦੇਖ ਰਹੇ ਹਾਂ, ਵੈਸੇ ਤਾਂ ਜਿਹੜੀ ਤੋਕਾ ਨੂੰ ਇੱਕੋ ਵਾਰੀ ਗਾਉਣਾ। ਅਖੁੱਟ ਨਾਮ ਤਨ ਕਦੇ ਨ ਖੁੱਟੈ ਨਾਹੀ, ਅਖੁੱਟ ਨਾਮ ਤਨ ਕਦੇ ਨ ਖੁੱਟੈ ਨਾਹੀ,
ਕਿਨੈ ਨਾ ਕੀਮਤ ਹੋਏ। ਫਿਰ ਉਸ ਤੋਂ ਬਾਅਦ ਨਾਮ ਤਨ ਮੁਖ ਉਜਲੇ ਹੋਏ, ਨਾਮ ਤਨ ਨਾਮ ਤਨ ਮੁਖ ਉਜਲੇ ਹੋਏ, ਨਾਮ ਤਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਫਿਰ ਉਸੇ ਤਰ੍ਹਾਂ ਪੂਰੀ ਅਸਥਾਈ ਗਾਉਣੀ ਹੈ।